ਆ ਮੇਰਾ ਮੱਲਾ ਗਾ ਰਿਹਾ ਵੇਖ ਲੋ ਇੱਥੇ 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 ਚਿੱਟਾ ਬੰਦ ਕਰਨਾ ਸਾਸਿਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸੰਸਾਰਦੀਪ ਸਿੰਘ ਦਾ ਪੰਜਾਬ ਦੇ ਵਿੱਚ ਜੇਕਰ ਗੱਲ ਪਿਛਲੇ ਕੁਝ ਦਸ਼ਕਾਂ ਦੀ ਕਰੀਏ ਤਾਂ ਪੰਜਾਬ ਦੀ ਇੱਕ ਤਰਾਸ਼ਦੀ ਹਮੇਸ਼ਾ ਤੋਂ ਰਹੀ ਆ ਕਿ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਪੰਜਾਬ ਦੇ ਕਿਸੇ ਨਾ ਕਿਸੇ ਘਰ ਦੇ ਵਿੱਚ ਪੰਜਾਬ ਦਾ ਕੋਈ ਨਾ ਕੋਈ ਨੌਜਵਾਨ ਗੱਭਰੂ ਨਸ਼ੇ ਦੀ ਭੇਂਡ ਚੜ ਕੇ ਆਪਣੀ ਬੜਮੁੱਲੀ ਜ਼ਿੰਦਗੀ ਖਰਾਬ ਕਰ ਲੈਂਦਾ ਹੈ। ਆਏ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਘਰ ਦੇ ਵਿੱਚ ਸੱਥਰ ਵਿਛ ਜਾਂਦੇ ਨੇ ਤੇ ਉਸ ਤੋਂ ਬਾਅਦ ਪੰਜਾਬ ਦੇ ਉਸ ਪਰਿਵਾਰ ਦੇ ਵੱਲੋਂ ਦੁਖੀ ਪਰਿਵਾਰ ਦੇ ਵੱਲੋਂ ਸਰਕਾਰਾਂ ਦੇ ਖਿਲਾਫ ਆਪਣਾ ਗੁੱਸਾ ਕੱਢਿਆ ਜਾਂਦਾ ਤੇ ਕਿਹਾ ਜਾਂਦਾ ਕਿ ਨਸ਼ੇ ਦੀ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਨੌਜਵਾਨ ਗਲਤ ਪਾਸੇ ਨੂੰ ਲਗਾਤਾਰ ਜਾ ਰਹੇ ਨੇ ਪਰ ਜ਼ਿੰਮੇਵਾਰ ਸਰਕਾਰਾਂ ਦੇ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਸਿਫਤੀ ਦੇ ਘਰ ਦੇ ਨਾਮ ਦੇ ਨਾਲ ਜਾਣੇ ਜਾਂਦੇ ਅਮ੍ਰਿਤਸਰ ਸੈੱਟ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਦੇ ਨਾਲ ਅਮ੍ਰਿਤਸਰ ਸ਼ਹਿਰ ਦੇ ਨਾਲ-ਨਾਲ ਪੂਰੇ ਪੰਜਾਬ ਦਾ ਸਿਰ ਸ਼ਰਮ ਦੇ ਨਾਲ ਝੁੱਕ ਜਾਂਦਾ ਕਿਉਂਕਿ ਧਾਰਮਿਕ ਮਹੱਤਤਾ ਦੇ ਲਈ ਜਾਣਿਆ ਜਾਂਦਾ ਅਮ੍ਰਿਤਸਰ ਸ਼ਹਿਰ ਅੱਜਕੱਲ੍ਹ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਣ ਕਰਕੇ ਬਦਨਾਮ ਆਏ ਦਿਨ ਕੁਝ ਅਜਿਹੇ ਵੀਡੀਓ ਸਾਹਮਣੇ ਆਉਂਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਨੌਜਵਾਨ ਮੁਟਿਆਰ ਦੀ ਵੀ ਵੀਡੀਓ ਸਾਹਮਣੇ ਆਈ ਸੀ ਜਿਹੜੀ ਕਿ ਨਸ਼ੇ ਦੇ ਵਿੱਚ ਬਿਲਕੁਲ ਤੁੱਤ ਨਜ਼ਰ ਆ ਰਹੀ ਸੀ ਹੁਣ ਕੁਝ ਸਮਾਂ ਪਹਿਲਾਂ ਕੁਝ ਦਿਨ ਪਹਿਲਾਂ ਜੇਕਰ ਗੱਲ ਕਰੀਏ ਤਾਂ ਉਜੜੇ ਹੋਏ ਪਰਿਵਾਰ ਦੇ ਵੱਲੋਂ ਮੋਨੀ ਚੌਂਕ ਅੰਮ੍ਰਿਤਸਰ ਦੇ ਵਿੱਚ ਬਾਜ਼ਾਰ ਦੇ ਵਿੱਚ ਕੁਝ ਪੋਸਟਰ ਲਗਾਏ ਗਏ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਰਿਆਮ ਨਿਸ਼ਾਨ ਲਗਾ ਕੇ ਕਿਹਾ ਗਿਆ ਸੀ ਕਿ ਚਿੱਟਾ ਇੱਥੋਂ ਮਿਲਦਾ ਹੈ ਹੁਣ ਉਸੇ ਬਾਜ਼ਾਰ ਦੇ ਵਿੱਚੋਂ ਇੱਕ ਹੋਰ ਵੀਡੀਓ ਸਾਹਮਣੇ ਆਈ ਆ ਜਿਸ ਦੇ ਨਾਲ ਫੇਰ ਉਸ ਇਲਾਕੇ ਦੇ ਉੱਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਆਖਰ ਕਿਸ ਤਰ੍ਹਾਂ ਦੀ ਉਹ ਵੀਡੀਓ ਹੈ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਤੁਸੀਂ ਉਜੜੇ ਹੋਏ ਪਰਿਵਾਰ ਦੇ ਵੱਲੋਂ ਲਗਾਏ ਗਏ ਉਹ ਪੋਸਟਰ ਦੀ ਵੀਡੀਓ ਜ਼ਰੂਰ ਦੇਖ ਲਓ ਤੇ ਜਦੋਂ ਮੈਂ ਚਾਹਤੀ ਥੋੜੀ ਹੋਰ ਅੱਗੇ ਮਾਰੇ ਕੁਝ ਇੱਥੇ ਵੀ ਮੈਨੂੰ ਵੇਖਣ ਨੂੰ ਮਿਲੇ ਚਿੱਟਾ ਇੱਥੋਂ ਮਿਲਦਾ ਹੈ ਉਜੜਿਆ ਹੋਇਆ ਪਰਿਵਾਰ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਇਕੰਦਾ ਭਰੀਆਂ ਪੀਆ ਇਹ ਕਿਸੇ ਦੇ ਪੁੱਤਰ ਉਜੜਿਆ ਹੈ ਜਾਂ ਟੱਬਰ ਉਜੜਿਆ ਹੈ ਜਿਨੇ ਦੁੱਖ ਦੇ ਨਾਲ ਇਹ ਲਿਖ ਲਿਖ ਕੇ ਲਾਏ ਨੇ ਇੱਥੋਂ ਸਿਰਫ 2 ਮਿੰਟ ਦਾ ਰਸਤਾ ਬਾਬਾ ਦੀਪ ਸਿੰਘ ਜੀ ਦੇ ਦਰ ਤਾ ਇਹ ਗਲੀ ਤੁਸੀਂ ਦੇਖ ਸਕਦੇ ਹੋ ਮੋਨੀਚੁੰਮ ਚ ਇਹ ਜਿਹੜੇ ਤੁਸੀਂ 30 ਰੁਪਏ ਦੇ ਹੋਏ ਦੇਖਦੇ ਹੋ ਇਹਦਾ ਮਤਲਬ ਸਾਫ਼ ਹੈ ਕਿ ਕੁਛ ਨਾ ਕੁਛ ਅਗਲੇ ਦੱਸਣ ਨੂੰ ਚਾਹੁੰਦੇ ਨੇ ਅਸੀਂ ਕਿਸ ਸਮਾਜ ਵਿੱਚ ਰਹਿ ਰਹੇ ਹਾਂ ਗੁਰਾਮਦਸ ਮਹਿਰਕਰੀਨ ਬੁਖਸ਼ਿੰਗ ਸਾਰਿਆਂ ਨੂੰ ਸਾਰਿਆਂ ਟੱਬਰ ਬਖਸ਼ਦਾ ਰਹੀ। ਦੁਖੀ ਪਰਿਵਾਰ ਦੇ ਵੱਲੋਂ ਚਿੱਟਾ ਇੱਧਰ ਮਿਲਦਾ ਹੈ ਤੇ ਸ਼ਰਿਆਮ ਬੋਰਡ ਲਗਾਏ ਜਾਂਦੇ ਨੇ ਪਰ ਪੁਲਿਸ ਦੇ ਵੱਲੋਂ ਉਹ ਬੋਰਡ ਸਵੇਰੇ ਹੀ ਉਤਾਰ ਲਏ ਜਾਂਦੇ ਨੇ। ਹੁਣ ਉਸੇ ਇਲਾਕੇ ਦੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਮੁਟਿਆਰ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਵਿੱਚ ਗੁਲਤਾਨ ਨਜ਼ਰ ਆ ਰਹੀ ਹੈ ਦਰਸਲ ਇੱਕ ਹੀ ਮੁਟਿਆਰ ਦੀਆਂ ਦੋ ਵੀਡੀਓ ਕਿਸੇ ਸ਼ਖਸ਼ ਦੇ ਵੱਲੋਂ ਬਣਾਈਆਂ ਗਈਆਂ ਨੇ ਇੱਕ ਹੀ ਮੁਟਿਆਰੇ ਦੱਸੀ ਜਾ ਰਹੀ ਹੈ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚ ਫਸੀ ਹੋਈ ਨਜ਼ਰ ਆ ਰਹੀ ਹੈ ਤੇ ਵੀਡੀਓ ਬਣਦੀ ਦੇਖ ਉਹ ਮੁਟਿਆਰ ਜਿਹੜੀ ਆ ਮੌਕੇ ਤੋਂ ਚਲੀ ਜਾਂਦੀ ਹੈ ਉਸੇ ਮੋਨੀ ਚੌਂਕ ਬਾਜ਼ਾਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਦੀਆਂ ਪਹਿਲਾਂ ਵੀ ਲਗਾਤਾਰ ਤਸਵੀਰਾਂ ਵਾਇਰਲ ਹੋਈਆਂ ਸੀ ਆਖਰ ਸੋਚਣ ਵਾਲੀ ਗੱਲ ਆਮ ਲੋਕਾਂ ਦੇ ਵੱਲੋਂ ਇਹ ਸਵਾਲ ਵੱਡੇ ਖੜੇ ਕੀਤੇ ਜਾ ਰਹੇ ਨੇ ਕਿ ਕਿਸੇ ਸਮੇਂ ਸ਼ਿਫਤੀ ਦੇ ਘਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਬਰਸਰ ਸ਼ਹਿਰ ਅਜਿਹਾ ਕੀ ਹੋਇਆ ਕਿ ਨਸ਼ੇ ਦੀ ਵਜ੍ਹਾ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਮੁਖ ਧੂਰਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਆਮ ਲੋਕਾਂ ਦੇ ਵੱਲੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਕਾਰਵਾਈ ਨਾ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ। ਇੱਥੋਂ ਤੱਕ ਕਿ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਨਸ਼ਾ ਤਸਕਰਾਂ ਦੇ ਨਾਲ ਮਿਲਣ ਤੱਕ ਦੇ ਵੀ ਇਲਜ਼ਾਮ ਲਗਾਏ ਜਾਂਦੇ ਨੇ। ਸਰਕਾਰਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ ਪਰ ਨਸ਼ੇ ਨੂੰ ਖਤਮ ਹੋਣ ਦਾ ਉਹ ਦਿਨ ਕਦੋਂ ਆਵੇਗਾ ਇਹ ਤਾਂ ਖੈਰ ਹਾਲੇ ਤੱਕ ਨਹੀਂ ਕਿਹਾ ਜਾ ਸਕਦਾ ਪਰ ਆਏ ਦਿਨ ਕੋਈ ਨਾ ਕੋਈ ਨੌਜਵਾਨ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇਸ ਤਰ੍ਹਾਂ ਨਸ਼ੇ ਦੀ ਭੇਂਟ ਚੜਦਾ ਹੋਇਆ ਨਜ਼ਰ ਆ ਰਿਹਾ ਹੁਣ ਤਾਂ ਪੰਜਾਬ ਦੀਆਂ ਨੌਜਵਾਨ ਮੁਟਿਆਰਾਂ ਵੀ ਨਸ਼ੇ ਦਾ ਸੇਵਨ ਕਰਨ ਲੱਗ ਪਈਆਂ ਨੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਦੱਸੀ ਜਾ ਰਹੀ ਆਖਰ ਕਿਸ ਤਰ੍ਹਾਂ ਦੀਆਂ ਉਹ ਦੋ ਵੀਡੀਓਜ਼ ਮੋਨੀ ਚੌਕ ਬਾਜ਼ਾਰ ਅਮਰੇਸਰ ਦੀਆਂ ਸਾਹਮਣੇ ਆਈਆਂ ਨੇ ਜਿਹੜੀਆਂ ਕਿ ਇੱਕ ਹੀ ਮੁਟਿਆਰ ਦੀਆਂ ਦੱਸੀਆਂ ਜਾ ਰਹੀਆਂ ਨੇ ਇਹ ਵੀ ਤੁਸੀਂ ਦੇਖ ਲਓ ਜਿਹੜੀਆਂ ਸਰਕਾਰੀ ਪ੍ਰਬੰਧਾਂ ਦੇ ਉੱਪਰ ਤੇ ਸਰਕਾਰੀ ਦਾਅਵਿਆਂ ਦੇ ਉੱਪਰ ਵੱਡੇ ਸਵਾਲ ਖੜੇ ਕਰਦੇ ਆ ਮੇਰਾ ਮੱਲਾ ਹੋ ਗਿਆ ਬਈ ਇਹ ਇੱਥੇ 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 ਚਿੱਟਾ ਬੰਦ ਕਰਨਾ